ਮੈਦਾਨ ਦੇ ਵਿਹੜੇ ਚ ਮੇਰੇ ਵੀਰੋ ਸਾਹਮਣੇ ਕਬੱਡੀ ਨਸ਼ਾਲਾ ਤੇ ਸਹਾਰ ਇਹ ਦੋ ਨੰਬਰ। ਹਾਂਜੀ ਆ ਗਏ ਤੁਸੀਂ ਚੱਲੋ ਬੇਟਾ ਚਲਾਓ ਕੰਮ। ਹਾਂਜੀ ਐਨ ਆਰ ਆਈ
ਭੁੱਲੋ, ਇਹਨਾਂ ਟੀਮਾਂ ਨੂੰ ਸਮੇਂ ਹੋਣਗੇ, ਕੋਈ ਵੀ ਟੀਮ ਨੂੰ ਜ਼ਿਆਦਾ ਸਮਾਂ ਨਹੀਂ ਦਿੱਤਾ ਜਾਣਾ, ਸਾਰੀਆਂ ਟੀਮਾਂ ਨੋਟ ਕਰ ਲੈਣ, ਅਗਲਾ ਮੈਚ ਕਾਸੀ ਨਾਲ ਮੈਦਾਨ ਵਿੱਚ ਆਉਣਗੀਆਂ। ਨੌਜਵਾਨ ਦਾ ਬੋਲ ਹੈ ਧਾਰਾ ਲੋਕੀ ਬੱਲੇ ਬੱਲੇ ਮੈਦਾਨ ਵਾਲੀ ਲੱਤਾਂ ਤੇ ਝੱਟ ਕੇ ਜ਼ੋਰ ਦੀ ਮਾਰੇ ਸਾਡੇ ਲਾਉਂਦੀ ਸਰਕਾਰ ਤਾਂ ਮਹਿੰਦਰ ਸਿੰਘ ਜੀ ਸੰਗਤਰਾਂ ਦੀ ਗੋਲੀ ਤੇ ਕੀ ਕਹਿੰਦੇ ਮੈਦਾਨ ਦੇ ਵਿੱਚ ਖਿਡਾਰੀਆਂ ਦੇ ਲਈ ਮਾਨ ਸਨਮਾਨ ਦੇ ਦਿਓ। ਬਹੁਤ ਬਹੁਤ ਧੰਨਵਾਦ ਸਰਦਾਰ ਇੰਦਰ ਸਿੰਘ ਜੀ, ਬਾਬਾ ਤਾਊ ਜੀ ਨੇ ਸਾਡਿਆਂ ਨੇ ਗੋਲੀ ਸੰਗਤਰਾਂ ਦੀ ਭੇਜ ਦਿੱਤੀ ਹੈ, ਬਹੁਤ ਬਹੁਤ ਧੰਨਵਾਦ ਤਾਊ ਜੀ। ਸਾਹਮਣੇ ਕਬੱਡੀ ਪੈ ਗਈ ਮੈਦਾਨ ਦੇ ਵਿੱਚ, ਬੱਗਾ ਸਵੇਰੇ ਕਬੱਡੀ ਵਾਸੀ ਦਿਲਜੀਤ ਸਿੰਘ ਵਾਸੀ ਖੰਡੇ ਆਉਣ ਸਨਮਾਨ ਕਰੋ ਜੀ ਇੰਦਰ ਸਿੰਘ ਨੂੰ, ਅਸੀਂ ਪਿਆਰ ਨਾਲ ਸਰਪੰਚ ਵੀ ਕਹਿ ਦਿੰਦੇ ਹਾਂ। ਸਵੇਰੇ ਮੈਨੂੰ ਕਹਿ ਗਿਆ ਸੀ ਜੋਗਾ ਸਿੰਘ ਮੈਂਬਰ ਉਹਨਾਂ ਰੁਪਏ ਅਗਲਾ ਮੈਚ ਜਿਹੜਾ ਦੋਨੋਂ ਵੱਡੀਆਂ ਮੈਦਾਨ ਦੇ ਵਿੱਚ ਪੈ ਰਹੀਆਂ ਨੇ ਸਾਹਮਣੇ ਬਿੰਦਰ ਨਾਮ ਇਸ ਨੌਜਵਾਨ ਖਿਡਾਰੀ ਦਾ ਕਲਸੀਆਂ ਵਾਲੇ ਖਿਡਾਰੀ ਜਿੰਨੇ ਵੀ ਸੁਣਦੇ ਮੇਰੀ ਆਵਾਜ਼ ਨੂੰ ਪਲੀਜ਼ ਬੇਨਤੀ ਹੈ, ਆਹ ਤੁਹਾਡੇ ਸਾਹਮਣੇ ਦਰੀ ਵਿਛੀ ਹੋਈ ਹੈ ਬਹੁਤ ਵਧੀਆ, ਇੱਥੇ ਆ ਕੇ ਬਿਰਾਜਮਾਨ ਹੋ ਜਾਓ, ਸੁੱਕਿਆ ਆ ਜਾਓ ਮੇਰਾ ਵੀ ਮਿਹਰਬਾਨੀ, ਕਬੂਲ ਕਰ ਲਓ ਸਾਡੀ, ਬਹੁਤ ਧੰਨਵਾਦ ਹੋਵੇਗਾ ਜਸੇ ਵੀਰ, ਬਹੁਤ ਬਹੁਤ ਧੰਨਵਾਦ ਹੈ ਸਾਰੇ ਖਿਡਾਰੀ। ਇੱਧਰ ਸੁਰਤੀਆਂ ਤੇ ਰਾਮਗੜ੍ਹ ਭੁੱਲਰਾਂ ਦਾ ਮੈਚ ਹੋਵੇਗਾ, ਇਹ ਵੀ ਟੀਮਾਂ ਜਿਹੜੀਆਂ ਅਗਲੇ ਮੈਚਾਂ ਦੇ ਲਈ ਤਿਆਰ ਰਹਿਣਗੀਆਂ। ਇਸ ਵੇਲੇ ਜਿਹੜਾ ਮੈਚ ਹਮੇਦੀ ਤੇ ਮੋਮਾ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਹੈ, ਬਹੁਤ ਹੀ ਸ਼ਾਨਦਾਰ ਮੈਚ ਇਹ ਦੋਨੋਂ ਹੀ ਟੀਮਾਂ ਦੇ ਦਰਮਿਆਨ ਹੈ। ਲਓ ਐਮ ਪੀ ਜਿਹੜਾ ਸਵੇ ਮੈਚ ਤੋਂ ਮੋਮਾ ਦੀ ਟੀਮ ਜਿੱਤ ਗਈ ਹੈ। ਅੱਛਾ ਜੀ, ਮੋਮ ਜਿੱਤੋ।